ਅਸਲਾਮ ਅਸਲਾਮ ਵਾਲੇਕੁਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਨਾ ਸਾਰੇ ਦੋਸਤ ਵੀਰ ਭਰਾ ਖੈਰਤ ਨਾਲ ਹੋਣਗੇ। ਹਾਂਜੀ ਆਈ ਹਾਂ ਜੀ ਜ਼ਿਕਰੀਆ ਭਾਈ ਰਣਜੀਤ ਸਿੰਘ ਢੱਡੀਆਂ ਦੀ ਵੀਡੀਓ ਹੈ ਜੀ। ਅਤੇ ਵੀਡੀਓ ਦੇ ਵਿੱਚ ਨਾ ਉਹ ਆਪਣਾ ਇੱਕ ਵਾਕਿਆ ਸੁਣਾ ਰਹੇ ਨੇ ਜਿਹਦੇ ਵਿੱਚ ਨਾ ਉਹ ਇੱਕ ਡਾਕਟਰ ਸਾਹਿਬ ਨੂੰ ਮਿਲੇ। ਅੱਛਾ। ਅਤੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਸਵਾਲ ਕੀਤਾ, ਅਤੇ ਸਵਾਲ ਸਮਝੋ ਕਿ ਇੱਕ ਬੜਾ ਅਹਿਮ ਸੀ। ਅੱਛਾ। ਉਹਨਾਂ ਨੇ ਇਹਨਾਂ ਨੂੰ ਪੁੱਛਿਆ ਕਿ ਮਰਨ ਤੋਂ ਬਾਅਦ ਕੀ ਹੋਏਗਾ। ਢੱਡਰੀਆਂ ਵਾਲੇ ਨੂੰ? ਹਾਂਜੀ, ਢੱਡੀਆਂ ਵਾਲੇ ਨੂੰ ਪੁੱਛਿਆ ਉਹਨਾਂ, ਕਿਹਾ ਜੀ ਮਰਨ ਤੋਂ ਬਾਅਦ ਕੀ ਹੋਏਗਾ ਅਤੇ ਮਰਨ ਤੋਂ ਬਾਅਦ ਬੰਦਾ ਜਾਂਦਾ ਕਿੱਥੇ, ਇਸ ਚੀਜ਼ ਦੇ ਬਾਰੇ ਵੇ। ਅਤੇ ਅੱਗੋਂ ਢੱਡੀ ਵਾਲੇ ਨੇ ਉਹਨਾਂ ਨੂੰ ਜਿਹੜਾ ਜਵਾਬ ਦਿੱਤਾ ਉਹ ਜਵਾਬ ਵੀਡੀਓ 'ਚ। ਦਿੱਤਾ ਉਹ ਇਸ ਵੀਡੀਓ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਂ ਸਵੇਰ ਦਾ ਨਵਾਂ ਸੁਨੇਹਾ। ਖੁਸ਼ ਰਹੋ, ਕਾਇਮ ਰਹੋ, ਰਾਜ਼ੀ ਰਹੋ। ਗੱਲ ਸੁਣਦੇ ਹੁੰਦੇ ਹੋ ਉਹਨੂੰ ਲਾਈਕ ਕਰਦਿਆ ਕਰੋ, ਯੂਟਿਊਬ 'ਤੇ ਸ਼ੇਅਰ ਕਰਦਿਆ ਕਰੋ ਅੱਗੇ, ਤਾਂ ਜੋ ਹੋਰਾਂ ਤੱਕ ਫੈਲ ਸਕੇ। ਹਾਂਜੀ, ਅੱਜ ਆਪਾਂ ਗੱਲ ਕਰਾਂਗੇ। ਮੈਂ ਪਿਛਲੇ ਦਿਨੀ ਹੋਸਪਿਟਲ ਗਿਆ, ਉੱਥੇ ਗੱਲਬਾਤ ਚੱਲਦੀ ਰਹੀ। ਉਹਨਾਂ ਨੇ ਮੈਨੂੰ ਦਵਾਈ ਵਗੈਰਾ ਦਿੱਤੀ। ਉਹਨਾਂ ਨੇ ਵੇਖਿਆ ਵੀ ਇਹ ਪ੍ਰਚਾਰਕ ਨੇ, ਧਰਮ ਦੀ ਗੱਲ ਕਰਦੇ ਨੇ। ਅਤੇ ਮੈਨੂੰ ਡਾਕਟਰ ਸਾਹਿਬ ਨੇ ਕੁਐਸਚਨ ਕੀਤਾ ਕਿ ਭਾਈ ਸਾਹਿਬ ਇੱਕ ਛੋਟੀ ਜਿਹੀ ਗੱਲ ਪੁੱਛਣੀ ਹੈ। ਮੈਂ ਕਿਹਾ ਦੱਸੋ। ਕਹਿੰਦੇ ਜੀ ਆਫਟਰ ਡੈਥ ਕੀ ਹੁੰਦਾ, ਮਰਨ ਤੋਂ ਬਾਅਦ ਕੀ ਹੁੰਦਾ। ਮੈਂ ਆਪਣੀ ਚੰਗੀ ਤਰ੍ਹਾਂ ਗੱਲ ਕੀਤੀ, ਐਕਸਪਲੇਨ ਕੀਤਾ। ਉੱਥੇ ਤਾਂ ਉਹ ਤਾਂ ਕਨਵਿੰਸ ਹੋਏ, ਗੱਲ ਸੁਣੀ ਵੀ, ਸਮਝੀ ਵੀ, ਠੀਕ ਵੀ ਹੋਇਆ। ਪਰ ਮੇਰੇ ਮਨ ਵਿੱਚ ਇਹ ਗੱਲ ਆਈ ਕਿ ਬੈਸਟ ਡਾਕਟਰ ਇੰਡੀਆ ਦੇ, ਪੰਜਾਬ ਦੇ ਨਹੀਂ, ਇੰਡੀਆ ਦੇ ਪੜ੍ਹੇ ਲਿਖੇ, ਘੱਟ ਤੋਂ ਘੱਟ 3-4 ਲੱਖ ਰੁਪਇਆ ਤਨਖਾਹ ਲੈਣ ਵਾਲੇ, ਹੋ ਸਕਦਾ ਇਸ ਤੋਂ ਵੀ ਜ਼ਿਆਦਾ ਤਨਖਾਹ ਲੈਂਦੇ ਹੋਣ, ਤੇ ਅੱਛੇ ਸਰਜਨ ਨੇ, ਨਾਮ ਹੈ ਇਹਨਾਂ ਦਾ, ਤੇ ਮੈਨੂੰ ਮਿਲਦੇ ਨੇ। ਅੰਦਰ ਇੱਕ ਕੁਐਸਚਨ ਹੈ, ਆਫਟਰ ਡੈਥ ਕੀ ਹੋਏਗਾ। ਸਵਾਲ ਹੈ ਵੇਖੋ। ਤੇ ਸੱਚ ਇਹ ਹੈ ਕਿ ਇਹ ਸਾਡੇ ਵੱਲੋਂ, ਪੁਜਾਰੀ ਤਬਕੇ ਵੱਲੋਂ, ਪੁਜਾਰੀ ਹਿੰਦੂ ਪੁਜਾਰੀ, ਇਸਲਾਮ ਧਰਮ ਦਾ ਪੁਜਾਰੀ, ਸਿੱਖ ਪੁਜਾਰੀ, ਈਸਾਈ ਪੁਜਾਰੀ, ਇਹਨਾਂ ਵੱਲੋਂ ਪਾਇਆ ਗਿਆ ਕੁਐਸਚਨ ਹੈ ਮਾਇੰਡ ਵਿੱਚ। ਸੱਚ ਇਹ ਹੈ ਵੀਰੋ, ਭੈਣੋ, ਕਿ ਬੰਦਾ ਆਪਣੀ ਜ਼ਿੰਦਗੀ ਜੀ ਰਿਹਾ, ਕੰਮ ਕਰ ਰਿਹਾ, ਪਰਫੈਕਟ ਹੈ, ਪੜ੍ਹਾਈ ਕੀਤੀ ਆ, 30 ਸਾਲ ਦੀ ਉਮਰ 'ਤੇ ਜਾ ਕੇ, ਉਮਰ ਵਿੱਚ ਜਾ ਕੇ ਡਾਕਟਰ ਬਣੇ, 32-40 ਸਾਲ ਤੱਕ ਜਾ ਕੇ ਡਾਕਟਰ ਬਣਦੇ ਕਿ ਬੈਸਟ। ਇੰਨੀ ਮਿਹਨਤ ਦੇ ਬਾਅਦ ਵੀ ਇੱਕ ਕੁਐਸਚਨ ਖੜਾ ਹੈ ਆਫਟਰ ਡੈਥ, ਤੇ ਉਹ ਕਿਹਨੂੰ ਪੁੱਛਿਆ ਜਾ ਰਿਹਾ? ਮੇਰੇ ਤੋਂ। ਮੈਂ ਨਾ ਹੋਵਾਂ, ਕੋਈ ਹੋਰ ਜਾਏਗਾ, ਉਹਦੇ ਤੋਂ ਵੀ ਉਹਨਾਂ ਨੇ ਇਹੀ ਪੁੱਛਣਾ। ਇੱਥੇ ਜੇ ਗਲਤ ਇਨਫੋਰਮੇਸ਼ਨ ਦੇਵੇ ਬੰਦਾ, ਹਾਂਜੀ ਮਰਨ ਤੋਂ ਬਾਅਦ ਇੱਦਾਂ ਹੋਏਗਾ, ਆ ਹੋਏਗਾ, ਅੱਗੇ ਫਿਰ ਹਰ ਇੱਕ ਦੀ ਫਿਲੋਸਫੀ ਹੈ,
ਹਿੰਦੂਇਜ਼ਮ ਦੀ ਆਪਣੀ ਫਿਲੋਸਫੀ ਹੈ, ਧਰਮ ਰਾਜ ਬੈਠਾ ਹੈ, ਜਮਦੂਤ ਲੈ ਕੇ ਜਾਂਦੇ ਨੇ, ਆਹ ਆਹ ਨਰਕ ਆਉਂਦੇ ਨੇ, ਫਿਰ ਨਰਕ 'ਚ ਸਿੱਟ ਦਿੰਦੇ ਨੇ, ਸਵਰਗ ਹੈ, ਵਹੀ ਖਾਤਾ ਹੈ, ਸਾਰਾ ਕੁਛ ਹੈ। ਇਹਦੇ ਨਾਲ ਰਲਦੀ ਮਿਲਦੀ ਹੀ ਸਿੱਖਇਜ਼ਮ ਦੀ ਵੀ ਫਿਲੋਸਫੀ ਹੈ। ਅੱਗੇ ਇੱਦਾਂ ਹੋਣਾ, ਅੱਗੇ ਧਰਮਰਾਜ ਨੇ ਬਹਿਣਾ, ਉਹਦੇ ਸੇਮ ਜੀ ਹੋਈ ਹੈ, ਤਕਰੀਬਨ ਸੇਮ ਹੈ, ਥੋੜ੍ਹਾ ਬਹੁਤ ਫਰਕ ਹੈ। ਕਿਉਂਕਿ ਗੁਰਬਾਣੀ 'ਚ ਧਰਮਰਾਜ ਦਾ ਨਾਮ ਆ ਗਿਆ ਜਾਂ ਜਮਦੂਤਾਂ ਦਾ, ਇਹਨਾਂ ਨੇ ਸਾਰਾ ਕੁਛ ਉਹਦੇ ਨਾਲ ਹੀ ਜੋੜ ਲਿਆ। ਹਾਲਾਂਕਿ ਉਹਦੇ ਮੀਨਿੰਗ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਵੱਖਰੇ ਨੇ। ਗੁਰੂ ਗ੍ਰੰਥ ਸਾਹਿਬ ਹੋਰ ਤਰੀਕੇ ਨਾਲ ਸਮਝਾਉਂਦੇ ਹੈ, ਪਰ ਜੋ ਸਿੱਖਾਂ 'ਚ ਫੈਲਿਆ ਹੋਇਆ ਉਹ ਇੱਦਾਂ ਹੀ ਹੈ ਕਿ ਮੌਤ ਤੋਂ ਬਾਅਦ ਧਰਮਰਾਜ ਕੋਲ ਜਾਣਾ ਹੈ, ਇੱਦਾਂ ਕਰਨਾ। ਜੋ ਹਿੰਦੂਇਜ਼ਮ ਹੈ ਸੇਮ ਹੀ ਸਿੱਖ ਨੇ, ਰਲਦਾ ਮਿਲਦਾ। ਇਸਲਾਮ ਮਤ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਵੀ ਇੱਕ ਦਿਨ ਇੱਦਾਂ ਦਾ ਆਉਣਾ ਹੈ, ਕਿਆਮਤ ਵਾਲੇ ਦਿਨ ਸਾਰਿਆਂ ਨੂੰ ਉਠਾਇਆ ਜਾਣਾ, ਮੁਰਦਿਆਂ ਨੂੰ, ਉਹਨਾਂ ਦਾ ਫਿਰ ਹਿਸਾਬ ਕਿਤਾਬ ਹੋਣਾ। ਉਹਨਾਂ ਦੀ ਵੀ ਇੱਕ ਇੱਦਾਂ ਦੀ ਫਿਲੋਸਫੀ ਹੈ, ਹੂਰਾ ਮਿਲਣ ਵਾਲੀ ਜੰਨਤ ਦੀ, ਅਤੇ ਉਹਨਾਂ ਦਾ ਵੀ ਇੱਕ ਨਰਕ ਹੈਗਾ, ਉਹਨਾਂ ਦਾ ਵੀ ਇੱਕ ਇੱਦਾਂ ਦਾ ਸਿਸਟਮ ਹੈ। ਅਤੇ ਈਸਾਈ ਮਤ ਵੀ ਇੱਦਾਂ ਹੀ ਮੰਨਦਾ। ਪਰ ਹੁਣ ਸੋਚਣ ਵਾਲੀ ਗੱਲ ਹੈ ਕਿ ਹਰ ਪੜ੍ਹਿਆ ਲਿਖਿਆ ਇਹ ਸਵਾਲ ਲੈ ਕੇ ਬੈਠਾ, ਜੀ ਨਹੀਂ ਰਿਹਾ, ਇੰਜੋਏ ਨਹੀਂ ਕਰ ਰਿਹਾ। ਇੱਕ ਚੀਜ਼ ਦਿਮਾਗ 'ਚ ਚੱਲ ਰਹੀ ਹੈ, ਹੁਣ ਲਾਲਚ ਮਿਲੇਗਾ ਵੀ ਇੱਦਾਂ ਹੋਣਾ, ਡਾਕਟਰ ਸਾਹਿਬ ਤੁਸੀਂ ਇੱਦਾਂ ਕਰਿਆ ਕਰੋ, ਇੱਦਾਂ ਕਰਿਆ ਕਰੋ, ਪੜ੍ਹਿਆ ਲਿਖਿਆ ਡਾਕਟਰ ਵੀ ਮੇਰੀ ਗੱਲ ਸੁਣੇਗਾ। ਆਫਟਰ ਡੈਥ ਸਵਾਲ ਉਹਨੇ ਕੀਤਾ, ਮੈਂ ਜਵਾਬ ਦਿੱਤਾ, ਕਨਵਿੰਸ ਹੋ ਜਾਏਗਾ। ਜੇ ਜ਼ਿਆਦਾ ਸ਼ਬਦ ਹੋਣਗੇ, ਜ਼ਿਆਦਾ ਗੱਲ ਹੋਏਗੀ, ਸ਼ਬਦ ਦਾ ਜਾਲ ਚੰਗਾ ਹੋਇਆ ਬੰਦੇ ਕੋਲ, ਉਹਨੇ ਫਸਾ ਲੈਣਾ ਡਾਕਟਰ ਨੂੰ ਵੀ, ਡਾਕਟਰ ਵੀ ਫਸ ਜੂ। ਫਸੇ ਹੋਏ ਨੇ ਡਾਕਟਰ, ਵੱਡੇ ਵੱਡੇ ਡਾਕਟਰ ਫਸੇ ਹੋਏ ਨੇ, ਫਸ ਜਾਣਾ। ਉਹਨੇ ਫਿਰ ਇਹ ਸੋਚਣਾ ਮਰਨ ਤੋਂ ਬਾਅਦ, ਮਰਨ ਤੋਂ ਬਾਅਦ ਵੀਰੋ ਮੇਰਿਓ ਭੈਣੋ, ਮੈਂ ਸ਼ਬਦ ਪੜ੍ਹਾਂਗਾ। ਮੈਂ ਗੁਰੂ ਅਰਜਨ ਦੇਵ ਜੀ ਇਹਦੇ ਬਾਰੇ ਕੀ ਕਹਿੰਦੇ ਨੇ, ਮੈਂ ਬਹੁਤ ਵਾਰ ਦੀਵਾਨਾਂ 'ਚ ਕਿਹਾ, ਮੈਂ ਤੁਹਾਨੂੰ ਸੁਣਾਵਾਂਗਾ। ਪਰ ਮੈਂ ਜਿਹੜੀ ਗੱਲ ਕਰਦਾ, ਜੇ ਇੱਥੇ ਹੀ ਗੱਲ ਹੋਵੇ ਕਿ ਇੱਕ ਤੇਰੇ ਕੋਲ ਮੋਟਰਸਾਈਕਲ ਹੈ, ਸਾਰੀ ਜ਼ਿੰਦਗੀ ਤੂੰ ਇਹਦੇ ਨਾਲ ਕੱਢਣੀ ਹੈ, ਇਹੋ ਹੀ ਹੈ, ਬੰਦਾ ਕਿੰਨਾ ਸਾਂਭ ਸਾਂਭ ਰੱਖੇਗਾ ਉਹਨੂੰ। ਪਰ ਜੇ ਕਹੀਏ ਵੀ ਇਸ ਤੋਂ ਬਾਅਦ ਵੀ ਕੁਝ ਹੈ, ਫਿਰ ਅਗਲਾ ਕਹਿੰਦਾ ਕੋਈ ਨਹੀਂ, ਸਾਲ ਬਾਅਦ ਨਵਾਂ ਸਹੀ। ਜੇ ਅੱਜ ਤੁਸੀਂ ਜਿਹੜੀ ਵੀ ਗੱਡੀ ਤੁਹਾਡੇ ਕੋਲ ਹੈ, ਮਾੜਾ ਜਿਹਾ ਦਿਮਾਗ 'ਤੇ ਬੋਝ ਪਾ ਕੇ ਮੇਰੀ ਗੱਲ ਸੁਣਿਓ, ਇਹ ਗੱਡੀ ਤੁਹਾਡੇ ਕੋਲ ਹੈ, ਬਸ ਨਵੀਂ ਗੱਡੀ ਨਹੀਂ ਮਿਲਣੀ, ਸਾਰੀ ਜ਼ਿੰਦਗੀ ਇਸੇ 'ਚ ਕੱਢਣੀ ਹੈ, ਤੁਸੀਂ ਦੱਸੋ ਮਿੱਟੀ ਲੱਗਣ ਦਿਓਗੇ, ਧਿਆਨ ਨਹੀਂ ਰੱਖੋਗੇ, ਕੱਪੜਾ ਨਹੀਂ ਪਾਓਗੇ, ਵੀ ਪੂਰੀ ਲਾਈਫ ਇਸੇ ਗੱਡੀ ਨਾਲ, ਨਵੀਂ ਗੱਡੀ ਨਹੀਂ ਮਿਲਣੀ, ਪਿਆਰ ਕਰੋਗੇ? ਅਤੇ ਜੇ ਸਾਨੂੰ ਇਹ ਕਹਿ ਦਿੱਤਾ ਜਾਵੇ ਵੀ ਆਹ ਜ਼ਿੰਦਗੀ ਹੈ, ਇਹਨੂੰ ਵੇਖ, ਪਿਆਰ ਕਰ, ਫਰਜ਼ ਨਿਭਾ, ਜ਼ਿੰਮੇਵਾਰੀਆਂ ਨਿਭਾ, ਇਹੋ ਹੀ ਹੈ, ਕੀ ਪਿਆਰ ਨਹੀਂ ਕਰੋਗੇ ਆਪਣੀ ਲਾਈਫ ਨਾਲ, ਆਪਣੀ ਜ਼ਿੰਦਗੀ ਨਾਲ? ਜਬ ਲਗ ਮਨ ਬੈਕੁੰਠ ਕੀ ਆਸ, ਮਰਨ ਤੋਂ ਬਾਅਦ ਬੈਕੁੰਠ ਦੀ ਆਸ ਹੈ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਜਦੋਂ ਨਵੇਂ ਦੀ ਆਸ ਹੈ ਅਤੇ ਜੋ ਅੱਜ ਪ੍ਰੈਜੈਂਟ ਹੈ ਉਹਦੇ ਨਾਲ ਬੰਦਾ ਪਿਆਰ ਨਹੀਂ ਪਾ ਸਕਦਾ। ਤੁਸੀਂ ਸੋਚੋ, ਅੱਜ ਤੁਹਾਡੀਆਂ ਘਰ ਵਾਲੀਆਂ ਨੇ, ਜੇ ਤੁਹਾਨੂੰ ਇਹ ਕਿਹਾ ਜਾਵੇ ਵੀ ਮਰਨ ਤੋਂ ਬਾਅਦ ਹੂਰ ਮਿਲਣੀ ਹੈ, ਫਿਰ ਉਹਦੇ ਨਾਲ ਪਿਆਰ ਕਿਵੇਂ ਪਾਓਗੇ? ਸਮਝਾਓ, ਇਹੋ ਹੀ ਤੇਰੀ ਹੂਰ ਹੈ, ਇਹ ਕਹੋ ਵੀ ਆਹ ਤੇਰੀ ਘਰ ਵਾਲੀ ਹੈ, ਇਹ ਮਿਲ ਗਈ ਤੈਨੂੰ, ਬਸ ਇਹਦੇ ਨਾਲ ਪਿਆਰ ਕਰ, ਇਹੋ ਹੀ ਤੇਰੀ ਹੂਰ, ਸਮਝ ਇਹਨੂੰ।
ਕਿੰਨਾ ਫਰਕ ਹੈ। ਇਹ ਕਹਿਣਾ ਵੀ ਇਹ ਇੱਕ ਹੂਰ ਮਿਲਣੀ ਹੈ ਆਸ ਦੇ ਉੱਤੇ, ਜੋ ਸਾਹਮਣੇ ਜਬ ਲੱਗ ਮਨ ਬੈਕੁੰਠ ਕੀ ਆਸ ਦੇ ਉੱਤੇ, ਤਬ ਲੱਗ ਹੋਏ ਨਹੀਂ ਚਰਨ ਨਿਵਾਸ। ਜੋ ਨੇਚਰ ਹੈ, ਕੁਦਰਤ ਹੈ, ਉਹਨਾਂ ਨਾਲ ਤਾਂ ਪਿਆਰ ਹੀ ਨਹੀਂ ਪੈਣਾ, ਨਿਵਾਸ ਹੀ ਨਹੀਂ ਪੈਣਾ ਚਰਨਾਂ ਨਾਲ ਤਾਂ। ਪ੍ਰੈਜੈਂਟ ਨੂੰ ਤਾਂ ਤੁਸੀਂ ਪਿਆਰ ਹੀ ਨਹੀਂ ਕਰਨਾ, ਘਰ ਵਾਲੀ ਨਾਲ ਪਿਆਰ ਨਹੀਂ ਕਰਨਾ। ਨਵੀਂ ਹੂਰ ਦੀ ਇੱਛਾ ਜਾਗ ਪਈ। ਜਿਹੜੇ ਗੱਡੀਆਂ ਮੋਟਰਸਾਈਕਲ ਲਈ ਫਿਰਦੇ ਹੋ, ਜੇ ਤੁਹਾਨੂੰ ਕਹਿ ਦਈਏ ਵੀ ਤੈਨੂੰ 6 ਮਹੀਨਿਆਂ ਤੱਕ ਨਵੀਂ ਗੱਡੀ ਮਿਲੇਗੀ, ਤੁਹਾਨੂੰ ਤਾਂ ਉਹ ਗੱਡੀ ਅੱਜ ਹੀ ਭੈੜੀ ਲੱਗਣ ਲੱਗ ਪੈਣੀ ਹੈ। ਤੁਹਾਨੂੰ ਲੱਗਣਾ ਕਿੱਥੇ ਲਈ ਫਿਰਦੇ ਆ, ਨਵੀਂ ਤਾਂ ਮਿਲ ਜਾਣੀ ਹੈ। ਜਿਹੜਾ ਨਵੀਂ ਹੈ ਤੁਹਾਡਾ ਸਾਹਮਣੇ ਵਾਲੀ ਦਾ ਪਿਆਰ ਹੀ ਖਤਮ। ਅੱਜ ਤੁਹਾਨੂੰ ਕੋਈ ਕਹਿ ਦੇਵੇ ਜਿਹੜਾ ਤੁਹਾਡਾ ਘਰ ਹੈ, ਬਸ 6 ਮਹੀਨਿਆਂ ਬਾਅਦ ਤੁਸੀਂ ਵੱਡੇ ਘਰ 'ਚ ਮੂਵ ਹੋ ਰਹੇ ਹੋ, ਵੱਡਾ ਘਰ ਹੈ, ਤੁਸੀਂ ਅੱਜ ਹੀ ਕਹਿਣਾ ਛੱਡ ਪਰੇ ਟੂਟੀ ਕੀ ਠੀਕ ਕਰਾਉਣੀ ਹੈ, ਤੂੰ ਛੱਡ ਹੀ ਜਾਣਾ, ਰੰਗ ਕੀ ਕਰਾਉਣਾ ਹੈ, ਤਾਂ ਹੁਣ ਪੇਂਟ 'ਚ ਰਹਿਣ ਹੀ ਦਿਓ। ਪੈ ਗਿਆ ਨਾ ਚੱਕਰ, ਤੁਸੀਂ ਉਹਦੇ ਨਾਲ ਅਟੈਚ ਨਹੀਂ ਹੋਣਾ। ਪਰ ਜੇ ਕਿਹਾ ਜਾਵੇ ਇਹੀ ਸਭ ਕੁਛ ਹੈ, ਇਹਨੂੰ ਸਮਝ ਲੈ, ਪਿਆਰ ਕਰ ਲੈ, ਮਾਣ ਲੈ ਜਿੰਨਾ ਮਾਣਿਆ ਜਾਂਦਾ, ਆਹੀ ਆਨੰਦ ਲੈ। ਆਹ ਗੱਡੀ ਹੋਈ ਹੈ ਤੇਰੀ, ਤੂੰ ਕਿੰਨਾ ਲਿਸ਼ਕਾਏਗਾ ਉਹਨੂੰ, ਪਿਆਰ ਕਰੇਗਾ। ਅਗਲੇ ਦੇਸ਼ 'ਚ ਜਾਣਾ ਹੈ, ਅਗਲੇ ਅੱਗੇ ਕਿਤੇ ਜਾਣਾ ਹੈ, ਅਗਲੀ ਦੁਨੀਆ 'ਚ। ਲੋਕਾਂ ਨੇ ਆਹ ਦੁਨੀਆ 'ਤੇ ਨਰਕ ਬਣਾਈ ਪਈ ਹੈ, ਅਗਲੀ ਉੱਥੇ ਚਲੇ ਹੀ ਜਾਣਾ, ਛੱਡ ਪਰੇ। ਆਬਾ ਥੋੜ੍ਹਾ ਚਿਰ ਹੈ, ਮੁੜ ਕੇ ਤਾਂ ਅੱਗੇ ਚਲੇ ਜਾਣਾ, ਅੱਗੇ ਹੋਰ ਬਹੁਤ ਦੁਨੀਆ ਬੈਠੀਆਂ ਨੇ। ਆਪਣੇ ਆਪਣੇ ਧਰਮਾਂ ਦੇ ਆਪਣੇ ਆਪਣੇ ਸਵਰਗ ਨਰਕ, ਧਰਮ ਰਾਜ, ਫਿਲੋਸਫੀ ਹੈ। ਜੇ ਰੱਬ ਇੱਕ ਹੈ, ਉਹਨੇ ਸਾਰਾ ਕੁਛ ਇੱਕ ਬਣਾਇਆ ਹੋਏਗਾ, ਪਹਿਲਾਂ ਧਰਤੀ 'ਤੇ ਭੇਜਦਾ, ਫਿਰ ਉਹ ਕਹਿੰਦਾ ਤੁਸੀਂ ਦੁੱਖ ਸੁੱਖ ਆਪਣੇ ਕੰਮ ਕਰੋ, ਮੁੜ ਕੇ ਫਿਰ ਨਰਕਾਂ 'ਚ ਸਿੱਟਦਾ ਸਵਰਗ। ਆਪਣੀ ਇੱਕ ਵਿਚਾਰਧਾਰਾ ਦੇ ਦਿੱਤੀ। ਪਰ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਪਾਤਸ਼ਾਹ ਕਹਿੰਦੇ ਮੌਤ ਨਾਂ ਦੀ ਚੀਜ਼ ਹੀ ਕੋਈ ਨਹੀਂ, ਤੈਨੂੰ ਕੀ ਲੱਗਦਾ ਮੌਤ ਹੁੰਦੀ ਹੈ? ਮੌਤ ਤਾਂ ਹੁੰਦੀ ਹੋਈ ਨਹੀਂ, ਮੈਂ ਪਿੱਛੇ ਵੀ ਗੱਲ ਕੀਤੀ ਸੀ, ਬੱਦਲ ਸਾਰੇ ਦਾ ਸਾਰਾ ਵਰ ਗਿਆ, ਬੱਦਲ ਦੀ ਮੌਤ ਹੋ ਗਈ, ਮੌਤ ਹੋ ਗਈ, ਲੱਗਦਾ ਹੈ ਮੌਤ ਹੋ ਗਈ, ਪਰ ਬੱਦਲ ਹੁਣ ਪਾਣੀ ਹੋ ਗਿਆ, ਬਰਸਾਤ ਬਣ ਗਈ, ਮੀਂਹ ਬਣ ਗਿਆ, ਉਹਦਾ ਨਾਮ ਵੀ ਬਦਲ ਗਿਆ, ਉਹਦੀ ਸ਼ੇਪ ਵੀ ਬਦਲ ਗਈ ਹੈ। ਜਦੋਂ ਬੱਦਲ ਸ਼ੇਪ ਬਰਸਾਤ ਬਣਿਆ, ਪਾਣੀ ਬਣਿਆ, ਬੱਦਲ ਪਾਣੀ ਬਣਿਆ ਅਤੇ ਨਾਲ ਹੀ ਉਹਦਾ ਨਾਮ ਬਦਲ ਗਿਆ, ਮੀਂਹ ਬਰਸਾਤ। ਹੁਣ ਬਰਸਾਤ ਮਰ ਗਈ ਹੈ, ਲੱਗਦਾ ਕੀ ਹੈ ਮਰ ਗਈ ਹੈ, ਪਰ ਨਹੀਂ ਯਾਰ, ਉਹ ਬਰਸਾਤ ਹੁਣ ਝਰਨਿਆਂ ਦਾ ਰੂਪ ਧਾਰ ਗਈ ਹੈ, ਪਹਾੜਾਂ ਦੇ ਵਿੱਚ ਬਰਸਾਤ ਪਈ। ਆਹ ਵੇਖ, ਪਾਣੀ ਤਾਂ ਹੈਗਾ, ਉਹੀ ਬੱਦਲ 'ਤੇ ਪਾਣੀ ਬਣਿਆ ਸੀ, ਪਾਣੀ ਬਣ ਕੇ ਆ ਗਿਆ, ਮਰਿਆ ਕਿੱਥੇ ਹੈ, ਲੱਗਦਾ ਹੈ। ਹੁਣ ਤੁਸੀਂ ਕੀ ਕਹੋਗੇ ਵੀ ਝਰਨਾ ਮਰ ਗਿਆ? ਨਹੀਂ, ਹੁਣ ਉਹ ਨਦੀ 'ਚ ਮਿਲ ਗਿਆ, ਝਰਨਾ ਹੁਣ ਨਦੀ ਬਣ ਗਿਆ, ਅਤੇ ਨਦੀ ਮਰ ਗਈ? ਬਿਲਕੁਲ ਨਹੀਂ, ਦਰਿਆ ਬਣ ਗਈ, ਅਤੇ ਦਰਿਆ ਮਰ ਗਿਆ? ਨਹੀਂ, ਸਮੁੰਦਰ 'ਚ ਚਲਿਆ ਗਿਆ, ਅਤੇ ਸਮੁੰਦਰ ਕੀ ਮਰ ਗਿਆ? ਨਹੀਂ, ਹੁਣ ਫਿਰ ਬੱਦਲ ਬਣ ਗਿਆ, ਰੀਸਾਈਕਲ ਹੋ ਰਿਹਾ। ਲੱਗਦਾ ਹੈ ਮਰ ਗਿਆ, ਪਰ ਮਰਿਆ ਤਾਂ ਕੁਛ ਵੀ ਨਹੀਂ, ਬੱਦਲ ਮਰਿਆ ਨਹੀਂ ਸੀ, ਸ਼ੇਪ ਬਦਲੀ ਸੀ, ਬਰਸਾਤ ਮਰੀ ਨਹੀਂ ਸੀ, ਸ਼ੇਪ ਬਦਲੀ ਸੀ, ਝਰਨਾ ਮਰਿਆ ਨਹੀਂ ਸੀ, ਸ਼ੇਪ ਬਦਲੀ ਸੀ, ਨਦੀ ਮਰੀ ਨਹੀਂ ਸੀ, ਸ਼ੇਪ ਬਦਲੀ ਸੀ, ਦਰਿਆ ਮਰਿਆ ਨਹੀਂ ਸੀ, ਉਹਨੇ ਸ਼ੇਪ ਬਦਲੀ ਸੀ, ਰੀਸਾਈਕਲ ਹੋ ਰਹੀ ਹੈ ਐਨਰਜੀ, ਜੋ ਕੁਛ ਪਾਇਆ ਸੋ ਇੱਕ ਵਾਰ ਘੁੰਮ ਰਿਹਾ ਸਾਰਾ ਕੁਛ।
ਮਰਿਆ ਮੁਰਿਆ ਕੁਛ ਨਹੀਂ, ਚੇਂਜ ਹੁੰਦੀ ਹੈ ਐਨਰਜੀ। ਇੱਕ ਐਨਰਜੀ ਸੀ, ਫਲ ਬੂਟਿਆਂ ਦੇ ਵਿੱਚ ਸੀ, ਸਾਰਾ ਕੁਝ ਸੀ। ਉਸ ਐਨਰਜੀ ਨੂੰ, ਉਹ ਖਾਣੇ ਨੂੰ ਸਾਡੇ ਮਾਂ ਪਿਓ ਨੇ ਖਾਧਾ। ਖਾਣਾ ਖਤਮ ਹੋ ਗਿਆ, ਅਗਲਾ ਕਹਿੰਦਾ ਅੱਛਾ ਆ ਸਾਰਾ ਕੁਛ ਵੇਖੋ ਵੱਢ ਕੇ ਲੈ ਗਏ, ਹੁਣ ਉਹਦੇ 'ਚ ਬਣਾ ਦਿੱਤੀ ਸਬਜ਼ੀ, ਉਹਦੀ ਹਰਿਆਵਲ ਖਤਮ ਹੋ ਗਈ, ਮਸਾਲੇ ਬਣ ਗਏ, ਰੋਟੀ ਪੱਕ ਗਈ, ਤਵੇ 'ਤੇ ਪੱਕ ਗਈ, ਸ਼ੇਪ ਬਦਲ ਗਈ। ਨਾਮ ਕੀ ਹੋ ਗਿਆ? ਰੋਟੀ ਸਬਜ਼ੀ। ਉੱਥੇ ਬੂਟੀਆਂ ਸੀ, ਐਂ ਸਬਜ਼ੀਆਂ ਅਤੇ ਸਾਰਾ ਕੁਛ ਸੀ, ਆਟਾ ਕਣਕ ਸਾਰਾ ਕੁਛ ਸੀ, ਉਹਦੀ ਸ਼ੇਪ ਬਦਲ ਗਈ। ਹੁਣ ਸਾਡੇ ਮਾਂ ਪਿਓ ਨੇ ਖਾ ਲਿਆ, ਹੁਣ ਨਾ ਕੀ ਬਣ ਗਿਆ? ਰਸ। ਸ਼ੇਪ ਬਦਲ ਗਈ, ਐਨਰਜੀ ਨੇ ਆਪਣੀ ਸ਼ੇਪ ਬਦਲ ਲਈ। ਮਰੀ ਕੀ? ਖਾਣਾ ਮਰ ਗਿਆ, ਨਹੀਂ ਰਸ ਬਣ ਗਿਆ। ਹੁਣ ਅੱਛਾ ਰਸ ਬਲੱਡ ਬਣ ਗਿਆ, ਖੂਨ ਬਣ ਗਿਆ, ਰਸ ਮਰ ਗਿਆ, ਪਰ ਉਹਦੀ ਸ਼ੇਪ ਬਦਲ ਕੇ ਕੀ ਕਰ ਲਿਆ? ਆਪਣਾ ਨਾਂ ਰੱਖ ਲਿਆ ਬਲੱਡ। ਬਲੱਡ ਤੋਂ ਮਾਂ ਪਿਓ ਦੇ ਅੰਦਰ ਰਕਤ ਅਤੇ ਬੁੰਦ ਕਾ ਗਾਰਾ, ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਬਿੰਦ ਬਣ ਗਿਆ ਪਿਓ ਦੇ ਅੰਦਰ, ਮਾਂ ਦੇ ਅੰਦਰ ਰਕਤ ਬਣ ਗਿਆ, ਸ਼ੇਪ ਹੋਰ ਬਦਲ ਗਈ, ਹੁਣ ਇਹਨੂੰ ਹੋਰ ਸ਼ੇਪ 'ਚ ਆ ਗਿਆ। ਹੈ ਉਹੀ ਐਨਰਜੀ ਹੈ, ਨਾਮ ਵੀ ਬਦਲ ਗਏ। ਵੇਖੋ ਕਿੱਥੇ ਸਬਜ਼ੀ ਸੀ, ਖਾਣਾ ਸੀ, ਫਿਰ ਰਸ ਸੀ, ਫਿਰ ਬਲੱਡ ਸੀ, ਹੁਣ ਬਿੰਦ ਰਕਤ ਖੂਨ। ਉਹਨਾਂ ਦਾ ਮਾਂ ਪਿਓ ਦਾ ਸੰਬੰਧ ਬਣਿਆ, ਮਾਂ ਦੇ ਢਿੱਡ ਵਿੱਚ ਜਾ ਕੇ ਸ਼ੇਪ ਹੋਰ ਬਦਲ ਗਈ ਅੰਡਾ, ਫਿਰ ਸ਼ੇਪ ਬਦਲ ਗਈ ਭਰੂਣ। ਨਾਮ ਬਦਲਤਾ, ਸ਼ੇਪ ਵੀ ਬਦਲ ਗਈ, ਐਨਰਜੀ ਹੋਰ ਅੱਗੇ ਵਧੀ। ਇੱਕ ਟਾਈਮ 'ਤੇ ਜਾ ਕੇ ਇੱਦਾਂ ਪਿਆ ਸੀ ਬੱਚਾ, ਕੁਝ ਮੀ ਦਿਨਾਂ ਦਾ ਹੋਇਆ, ਇਹ ਬੈਠੀ ਬੈਠੀ ਐਨਰਜੀ ਨੇ ਸ਼ੇਪ ਬਦਲੀ, ਇੱਕਦਮ ਇੱਦਾਂ ਧੜਕਣ ਲੱਗ ਗਈ। ਸ਼ੇਪ ਬਦਲ ਗਈ, ਨਾਮ ਵੀ ਬਦਲ ਗਿਆ। ਇੱਕ ਟਾਈਮ 'ਤੇ ਜਾ ਕੇ ਬੱਚਾ ਬਾਹਰ ਆ ਗਿਆ, ਜਨਮ ਨਹੀਂ ਹੁੰਦਾ ਬਾਹਰ ਆਉਂਦਾ, ਜਨਮ ਤੇ ਹੋਇਆ ਹੋਇਆ, ਅੰਦਰ ਤੇ ਸਾਹ ਲੈ ਰਿਹਾ ਉਹ, ਉਹ ਬੱਚਾ ਤਾਂ ਧੜਕ ਰਿਹਾ ਸੀ, ਜਨਮ ਤੇ ਹੋ ਚੁੱਕਿਆ ਉਹਦਾ। ਉਸ ਤੋਂ ਬਾਅਦ ਫਿਰ ਚਲੋ ਧੜਕਣ ਤੋਂ ਪਹਿਲਾਂ ਉਹ ਸੈੱਲ ਦੇ ਰੂਪ ਵਿੱਚ, ਜਦੋਂ ਜਿੱਦਣ ਪਿਤਾ ਦੇ ਅੰਦਰੋਂ ਆਇਆ ਉਹ ਸੈੱਲ ਬਣ ਕੇ ਭੱਜਿਆ, ਉਹ ਤੇ ਉਦਣ ਵੀ ਜੰਮਿਆ ਹੋਇਆ ਸੀ, ਤਾਂ ਹੀ ਤੇ ਦੌੜਦਾ ਸੀ, ਬਲੱਡ ਵਿੱਚ ਵੀ ਸੈੱਲਾਂ ਦੇ ਰੂਪ ਵਿੱਚ ਸੀ, ਖਾਣੇ ਦੇ ਰੂਪ ਵਿੱਚ ਵੀ ਸੀ। ਮਤਲਬ ਜਨਮ ਤੇ ਹੈ ਹੀ ਨਹੀਂ, ਜਿੱਦਣ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ਹੈ ਅਸੀਂ ਉਦਣ ਤੋਂ ਹੀ ਨਾਲ ਨਾਲ ਚੱਲ ਰਹੇ ਹਾਂ। ਨਾ ਜਨਮ ਹੈ ਨਾ ਮੌਤ ਹੈ, ਸ਼ੇਪ ਚੇਂਜ ਹੈ। ਬੱਦਲ ਦੀ ਮੌਤ ਨਹੀਂ ਹੈ, ਸ਼ੇਪ ਚੇਂਜ ਹੈ। ਯਾਇਆ ਕੁਰਾਨੇ ਪਾਕ ਦੀ ਕਾਇਤ ਹੈ, ਉਹਦਾ ਮੈਂ ਅਰਥ ਕਰਨਾ ਕਿ ਇਨਸਾਨ ਕੋ ਦੇਖਣਾ ਚਾਹੀਏ ਕਿ ਉਹ ਕਾਹੇ ਸੇ ਪੈਦਾ ਹੋਗਾ। ਵੋ ਮਨੀ ਜੋ ਟਪਕਾਈ ਜਾਤੀ ਹੈ ਉਸਕਾ ਇੱਕ ਕਤਰਾ ਥਾ ਜੋ ਸੀਨੇ ਔਰ ਪੀਠ ਕੇ ਬੀਚ ਮੇ ਸੇ ਨਿਕਲਤੀ ਆ। ਔਰ ਰੱਬ ਦੀ ਦਾਤ ਇਸ ਚੀਜ਼ 'ਚ ਕਾਦਰ ਹੈ ਕਿ ਉਹਨੂੰ ਦੁਬਾਰਾ ਜ਼ਿੰਦਾ ਕਰ ਦੇਵੇ, ਯਾਨੀ ਕਿ ਜਿਹਨੂੰ ਮੌਤ ਦਿੱਤੀ ਉਹਨੂੰ ਦੁਬਾਰਾ ਜ਼ਿੰਦਾ ਕਰ ਦੇਵੇ, ਰੱਬ ਇਸ ਚੀਜ਼ 'ਚ ਕਾਦਰ ਹੈ। ਹੁਣ ਗੱਲ ਇਹ ਗੱਲ ਮੈਂ ਇਹਨਾਂ ਦੀ ਠੀਕ ਹੈ ਕਿ ਜੀ ਸ਼ੇਪ ਚੇਂਜ ਹੁੰਦੀ ਹੈ, ਸਾਰਾ ਕੁਛ ਚੇਂਜ ਹੁੰਦਾ। ਸਵਾਲ ਇਹ ਵੇ ਕਿ ਮਰਨ ਤੋਂ ਬਾਅਦ ਇਨਸਾਨ ਕਿੱਥੇ ਜਾਂਦਾ? ਉਹਨਾਂ ਨੇ ਜਵਾਬ ਦਿੱਤਾ ਦਲੀਲ ਦੇ ਨਾਲ ਸ਼ੁਰੂ ਤੋਂ ਕਿ ਕਿਸ ਤਰ੍ਹਾਂ ਖੁਰਾਕ, ਯਾਨੀ ਕਿ ਪੌਦੇ ਜੋ ਵੀ ਚੀਜ਼ਾਂ ਆਪਾਂ ਜਾਂ ਕੋਈ ਫਰੂਟ ਸਬਜ਼ੀਆਂ ਖਾਂਦੇ ਹਾਂ ਉਹ ਮੁੜ ਕੇ ਖੁਰਾਕ ਦਾ ਹਿੱਸਾ ਬਣਦੀ ਹੈ, ਕੋਈ ਖੁਰਾਕ ਜਿਸਮ ਨੂੰ ਲੱਗਦੀ, ਜਿਸਮ ਦਾ ਖੂਨ ਬਣਦਾ, ਖੂਨ ਤੋਂ ਬਾਅਦ ਉਹ ਮਨੀ ਬਣਦੀ ਹੈ, ਠੀਕ ਹੈ, ਯਾਨੀ ਕਿ ਮਰਦ ਦੀ।
ਠੀਕ ਹੈ, ਉਹ ਫਿਰ ਉਹ ਰਹਿਮ 'ਚ ਰੱਖਿਆ ਜਾਂਦਾ, ਠੀਕ ਹੈ, ਔਰਤ ਦੇ, ਫਿਰ ਉੱਥੋਂ ਇੱਕ ਬੱਚਾ ਪੈਦਾ ਹੁੰਦਾ 4 ਮਹੀਨਿਆਂ 'ਚ, ਉਹਦੇ ਵਿੱਚ ਜਿਹੜੀ ਰੂਹ ਆ ਗਈ, ਜੇ ਮੈਂ ਕਹਿੰਦਾ ਕਿ 4 ਮਹੀਨਿਆਂ ਦੇ ਅੰਦਰ ਜਿਹੜੀ ਇਨਸਾਨ ਦੇ ਅੰਦਰ ਰੂਹ ਆਈ ਹੈ, ਰੂਹ ਤਾਂ ਆਈ ਹੈ ਰੱਬ ਵੱਲੋਂ, ਹੁਣ ਰੱਬ ਵੱਲੋਂ ਜਿਹੜੀ ਰੂਹ ਆਈ ਹੈ ਅਤੇ ਉਹ ਰੂਹ, ਚਲੋ ਮੰਨਣੇ ਆ ਐਨਰਜੀ ਹੈ, ਠੀਕ ਹੈ, ਫਰਜ਼ ਕਰ ਲਓ ਜੀ ਐਨਰਜੀ, ਅਤੇ ਉਹ ਰੱਬ ਵੱਲ ਵਾਪਸ ਚਲੀ ਗਈ ਹੈ, ਅਤੇ ਉਹ ਵਾਪਸ ਜਾ ਕੇ ਕਿਆ ਹੁੰਦਾ, ਉਹਦਾ ਦੁਬਾਰਾ ਹਿਸਾਬ ਕਿਤਾਬ ਨਹੀਂ ਹੋਏਗਾ, ਉਹਦਾ ਹਿਸਾਬ ਕਿਤਾਬ ਨਹੀਂ ਚੱਲੇਗਾ, ਜਿਵੇਂ ਇਹਨਾਂ ਨੇ ਆਖਿਆ ਕਿ ਮੌਤ ਹੈ ਹੀ ਨਹੀਂ, ਅਤੇ ਕੁਰਾਨੇ ਪਾਕ ਦੇ ਵਿੱਚ, ਇੱਕ ਮਿੰਟ, ਕੁਰਾਨੇ ਪਾਕ ਦੇ ਵਿੱਚ ਹੈ ਕਿ ਯਾ ਯਾਨੀ ਕਿ ਹਰ ਜਾਨਦਾਰ ਚੀਜ਼ ਨੂੰ ਮੌਤ ਦਾ ਜ਼ਾਇਕਾ ਚੱਖਣਾ ਚੱਖਣਾ, ਇਹਨਾਂ ਨੇ ਕਿਹਾ ਮੌਤ ਹੈ ਹੀ ਨਹੀਂ, ਇਹਨਾਂ ਨੇ ਪਹਿਲੇ ਇਹ ਕਿਹਾ ਨਾ ਕਿ ਸਿੱਖਇਜ਼ਮ 'ਚ, ਹਿੰਦੂਇਜ਼ਮ 'ਚ ਅਤੇ ਇਸਲਾਮ 'ਚ ਮਿਲਦਾ ਜੁਲਦਾ ਕੰਸੈਪਟ ਹੈ ਮੌਤ ਦਾ ਜੀ, ਬਾਕੀ ਅੱਗੇ ਉਹਨਾਂ ਦੀ ਜ਼ਾਤੀ ਰਾਏ ਵੇ, ਮਜ਼ਹਬ ਦੇ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ ਇੰਝ ਹੀ ਹੈ ਕਿ ਜਿਹੜੇ ਧਰਮ ਨੇ ਉਹਨਾਂ ਦੇ ਵਿੱਚ ਇੰਝ ਹੀ ਕਿਹਾ ਜਾਂਦਾ ਕਿ ਇਨਸਾਨ ਨੇ ਮਰ ਜਾਣਾ, ਉਹ ਜਮਰੂਦ ਆਏਗਾ, ਜਿਵੇਂ ਆਪਾਂ ਕਹਿੰਦੇ ਹਾਂ ਇਜ਼ਰਾਈਲ ਆਏਗਾ, ਫਰਿਸ਼ਤਾ ਆਏਗਾ, ਉਹ ਜਾਨ ਕੱਢ ਲੈਂਦਾ, ਉਹ ਕਹਿੰਦੇ ਨੇ ਜਮਰੂਦ ਆਉਂਦਾ, ਉਹ ਜਾਨ ਕੱਢ ਲੈਂਦਾ, ਅੱਗੇ ਜਾ ਕੇ ਫਿਰ ਉਹ ਹਿਸਾਬ ਕਿਤਾਬ ਹੁੰਦਾ ਉਹਦਾ, ਅਤੇ ਉਹਨੂੰ ਜੇ ਉਹਦੇ ਚੰਗੇ ਅਮਾਲ ਹੋਣਗੇ ਤਾਂ ਉਹ ਉਹਦੇ ਜੇ ਸਵਰਗ 'ਚ ਜਾਏਗਾ, ਜੰਨਤ, ਅਤੇ ਜੇ ਬੁਰੇ ਮਾਲ ਹੋਣਗੇ ਤਾਂ ਉਹ ਨਰਕ 'ਚ ਜਾਏਗਾ, ਅਤੇ ਉਹ ਇਸਲਾਮ 'ਚ ਵੀ ਇਹੀ ਸੇਮ ਕੰਸੈਪਟ, ਥੋੜ੍ਹਾ ਜਿਹਾ ਨਾਮਾਂ ਦਾ ਫਰਕ ਹੈ, ਨਾ ਨੇਮ ਚੇਂਜ ਨੇ, ਕਿ ਵੀ ਰੱਬ ਦੇ ਅੱਗੇ ਫਿਰ ਉਠਾਏ ਜਾਓਗੇ, ਫਰਿਸ਼ਤਿਆਂ ਪਹਿਲੇ ਹਿਸਾਬ ਕਿਤਾਬ ਹੋਏਗਾ, ਫਿਰ ਜੰਨਤ ਦੋਜ਼ਖ ਹੋਏਗੀ, ਉਹ ਜੰਨਤ ਦੋਜ਼ਖ ਦੇ ਵਿੱਚ ਸਵਰਗ 'ਚ ਅਤੇ ਨਰਕ 'ਚ ਅੱਗੇ ਚੀਜ਼ਾਂ ਨੇ, ਅਗਰ ਜੇ ਮੌਤ ਤੋਂ ਬਾਅਦ ਹਿਸਾਬ ਕਿਤਾਬ ਨਹੀਂ ਨਾ, ਫਿਰ ਤਾਂ ਦੁਨੀਆ ਹੀ ਨਰਕ ਬਣ ਜਾਏਗੀ, ਬਿਲਕੁਲ ਸਹੀ ਗੱਲ, ਫਿਰ ਤੇ ਲੋਕ ਇੱਕ ਦੂਸਰੇ ਨੂੰ ਜੀਣ ਜੋਗਾ ਹੀ ਨਹੀਂ ਛੱਡਣਗੇ, ਤੇ ਜੇ ਮੌਤ ਨਾ ਆਵੇ ਤੇ ਫਿਰ ਦੁਨੀਆਂ 'ਚ ਵੈਸੇ ਗੰਦ ਪੈ ਜਾਵੇ, ਬੜਾ ਯਾਨੀ ਕਿ ਬਿਮਾਰ ਮਜ਼ਦੂਰ ਲੋਕਾਂ ਦਾ ਬਿਮਾਰ ਹੋ ਜਾਣ, ਇੰਨੇ ਇੰਨੇ ਉਮਰਾਂ ਗੁਜ਼ਰ ਜਾਣ, ਤੇ ਜ਼ਮੀਨ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਾ ਹੋਵੇ, ਦੁਨੀਆਂ 'ਚ ਅਗਰ ਅਦਾਲਤ ਨਾ ਹੋਵੇ, ਹਾਂ, ਤੇ ਜੁਰਾਇਮ ਬਹੁਤ ਜ਼ਿਆਦਾ ਹੋ ਜਾਣ, ਜੁਰਮ ਹੋਈ ਜਾਣਗੇ, ਜੰਗਲਾਂ 'ਚ ਹੁੰਦੇ ਨੀ ਜਾਨਵਰ ਕੀ ਨੇ, ਉਹ ਕੀ ਕਰਦੇ ਨੇ, ਜਿਹੜਾ ਉਹਦੇ ਤੋਂ ਹਲਕਾ ਜਾਨਵਰ ਹੁੰਦਾ ਉਹਨੂੰ ਮਾਰ ਦਿੰਦੇ ਨੇ, ਖਾ ਜਾਂਦੇ, ਮਾਰ ਦਿੰਦੇ ਨੇ, ਖਾ ਜਾਂਦੇ ਨੇ, ਜਿਹੜਾ ਹਰ ਤਾਕਤ ਜੰਗਲ ਦੇ ਵਿੱਚ ਤਾਕਤਵਰ ਕਮਜ਼ੋਰ ਨੂੰ ਮਾਰੀ ਜਾਂਦਾ, ਅਤੇ ਉਹ ਜਿਹੜਾ ਤਾਕਤਵਰ ਹੈ ਉਸ ਤੋਂ ਅੱਗੇ ਇੱਕ ਹੋਰ ਤਾਕਤਵਰ ਹੁੰਦਾ ਉਹਨੂੰ ਮਾਰੀ ਜਾਂਦਾ, ਇਸ ਤਰ੍ਹਾਂ ਇੱਕ ਸਿਲਸਿਲਾ ਜਿਹਾ ਚੱਲਦਾ ਰਹਿੰਦਾ, ਅਤੇ ਜੇ ਅਗਰ ਜੰਨਤ ਦੋਜ਼ਖ ਨਰਕ ਸਵਰਗ ਇਹ ਚੀਜ਼ਾਂ ਨਹੀਂ, ਜੇ ਹਿਸਾਬ ਕਿਤਾਬ ਉੱਤੇ ਅੱਗੇ ਫਿਰ ਇਹਦਾ ਮਤਲਬ ਰੱਬ ਵਾਲਾ ਵੀ ਕਨਸੈਪਟ ਹੋਈ ਨਹੀਂ, ਖੈਰ ਖੈਰ ਆਪਾਂ ਨੂੰ ਜਿਹੜੀ ਸਮਝ ਆਈ ਉਹ ਆਪਾਂ ਬਿਆਨ ਕਰਤੀ, ਮਿਲਨੇ ਆ ਦੋਸਤ ਨਵੀਂ ਵੀਡੀਓ ਨਾਲ, ਆਪਣਾ ਖਿਆਲ ਰੱਖਿਆ ਜੇ, ਅੱਲਾਹ ਨਿਗਹਿਬਾਨ।